ਹਾਂਜੀ ਜੀ ਨਮਸਕਾਰ ਭਾਈ ਜਾਨ। ਨਮਸਕਾਰ ਜੀ। ਸਾਈਬਰ ਕ੍ਰਾਈਮ ਡਿਪਾਰਟਮੈਂਟ ਤੋਂ ਮਿਸਟਰ ਆਕਾਸ਼ ਵਰਮਾ ਬਾਤ ਕਰ ਰਹਾ ਹੂੰ ਸਰ। ਹਾਂਜੀ, ਕੌਣ ਸੇ ਸ਼ਹਿਰ ਸੇ? ਜੀ SHO ਜੀ SHO ਮਿਸਟਰ ਆਕਾਸ਼ ਵਰਮਾ ਬੋਟਿੰਡਾ ਹੈੱਡ ਆਫਿਸ ਪੰਜਾਬ ਤੋਂ ਬੋਲ ਰਹੇ ਹਾਂ। ਅੱਛਾ, ਤੁਹਾਡੇ ਠੀਕ ਹੋ? ਹਾਂਜੀ, ਬਹੁਤ ਵਧੀਆ ਸਰ। ਬਹੁਤ ਵਧੀਆ ਗੱਲ ਕਰ ਰਹੇ ਸਰ। ਕੀ ਹਾਲ ਹੈ? ਫੈਮਿਲੀ ਸਾਰੀ ਠੀਕ ਹੈ? ਆਪਣੇ ਕਿੰਨੇ ਭਾਈ ਆ? ਹਾਂਜੀ, ਆਪਣੇ ਭਾਈ ਕਿੰਨੇ ਆ? ਦੋ ਨੇ ਜੀ। ਦੋ ਸਰ, ਮੇਰਾ ਦੂਸਰਾ ਭਰਾ ਇੱਥੇ ਹੁੰਦਾ ਜੀ, ਪੰਜਾਬ ਚ। ਹਾਂਜੀ, ਕੀ ਕੰਮ ਕਰਦਾ ਵਾ? ਸਰ, ਕੰਮ ਦਾ ਫਿਲਹਾਲ ਕੁਛ ਨਹੀਂ ਕਰਦਾ ਜੀ, ਵਿਹਲਾ ਜੀ। ਵਿਹਲਾ? ਤੇ ਉਹ ਵਿਹਲਾ ਕੀ ਕਰਦਾ, ਉਹਦਾ ਨਾਂ ਕੀ ਆ? ਹਾਂਜੀ, ਰਮੇਸ਼ ਕੁਮਾਰ ਹੈ ਜੀ। ਰਮੇਸ਼ ਕੁਮਾਰ ਹੈ। ਰਮੇਸ਼ ਕੁਮਾਰ ਉਹਦਾ ਨਾਂ ਹੈ। ਹਾਂਜੀ, ਬਿਲਕੁਲ ਤੁਸੀਂ ਠੀਕ ਕਿਹਾ। ਤੁਸੀਂ ਉਹਦਾ ਜਿਹੜਾ ਨਾਂ ਧਰਿਆ, ਉਹ ਨਾਂ ਤੁਹਾਡਾ ਰਮੇਸ਼ ਕੁਮਾਰ ਹੀ ਆ। ਲੇਕਿਨ ਤੁਸੀਂ ਮੈਨੂੰ ਇਹ ਦੱਸੋ, ਤੁਹਾਡੇ ਨਾਲ ਕਿੰਨੀ ਦੇਰ ਪਹਿਲੇ ਦੀ ਗੱਲ ਹੋਈ ਆ ਤੁਹਾਡੇ ਨਾਲ? ਅੱਜ ਉਹਦੀ ਸੁਭਾ ਦੀ ਗੱਲ ਹੋਈ ਆ ਤੁਹਾਡੇ ਨਾਲ? ਨਹੀਂ ਸਰ, 10 ਵਜੇ ਤੋਂ ਬਾਅਦ? ਨਾ ਸਰ, ਹੋਈ ਨਹੀਂ ਜੀ। ਹੋਈ ਨਹੀਂ? ਤੁਸੀਂ ਉਹਨੂੰ ਉਹਦਾ ਕੁਛ ਜਾਂਚ ਕੀਤੀ ਆ ਕਿੱਥੇ ਆ? ਨਾ ਜੀ। ਥੋੜਾ ਜਿਹਾ ਤੁਸੀਂ ਸਾਈਡ ਤੇ ਹੋਵੋ, ਤੁਹਾਨੂੰ ਮੈਂ ਦੱਸਾਂ ਜੀ ਤੁਹਾਡਾ ਭਾਈ ਕੀ ਕਰ ਰਿਹਾ ਤੇ ਕੀ ਹੋਇਆ ਤੇ ਕੀ ਮਸਲਾ ਮਸਾਇਲ ਆ। ਥੋੜਾ ਸਾਈਡ ਤੇ ਹੋਵੋ ਜ਼ਰਾ, ਇਹਨਾਂ ਸਾਰੇ ਬੰਦਿਆਂ ਚੋਂ। ਮੈਂ ਸਰ ਮੈਂ ਖੜੇ ਆਂ, ਸਾਈਡ ਤੇ ਹੋਵੋ। ਮੈਂ ਇਕੱਲੇ ਹੀ ਖੜਾ ਜੀ, ਇਕੱਲੇ ਹੀ ਖੜਾ, ਦੱਸੋ। ਅੱਛਾ, ਇਕੱਲੇ ਹੀ ਖੜੇ ਆ? ਕੀ ਹਾਲ ਆ? ਵਧੀਆ ਸਰ, ਵਧੀਆ। ਤੁਹਾਡਾ ਨਾਂ ਕੀ ਆ ਜੀ? ਸਰ, ਨੰਬਰ ਤੁਸੀਂ ਮੈਂ ਲਾਇਆ, ਤੁਸੀਂ ਦੱਸੋ ਮੈਂ ਕੌਣ ਆ? ਨਹੀਂ ਸਰ ਜੀ, ਤੁਹਾਨੂੰ ਇਹ ਗੱਲ ਕਰ ਰਹੇ ਹਾਂ ਕਿ ਤੁਹਾਡੇ ਭਾਈ ਨੇ ਹੀ ਸਾਨੂੰ ਨੰਬਰ ਦਿੱਤਾ। ਤੁਹਾਡੇ ਭਾਈ ਦੇ ਕੋਲੋਂ ਨੰਬਰ ਲੈ ਕੇ ਅਸੀਂ ਕਾਲ ਕੀਤੀ। ਅਸੀਂ ਬੇਵਕੂਫ ਕੋਈ ਨਹੀਂ, ਅਸੀਂ ਇਨਵੈਸਟੀਗੇਸ਼ਨ ਤੁਹਾਡੀ ਕਾਲ ਕਰ ਰਹੇ ਹਾਂ ਜੀ। ਮਿਸਟਰ ਆਕਾਸ਼ ਵਰਮਾ SHO ਮੈਂ ਤੁਹਾਡੇ ਨਾਲ ਜੀ, ਮੈਂ ਮਨ ਦੇਖੇ ਕਰਨ ਨਾਲ ਇਸ ਤੋਂ ਗੱਲ ਕਰ ਰਹੇ ਹਾਂ ਕਿ ਤੁਹਾਨੂੰ ਤੁਹਾਡੇ ਭਾਈ ਦੀ ਕਾਰਵਾਈ ਦੱਸਣ ਵਾਸਤੇ ਤੁਹਾਨੂੰ ਸਰ ਮੈਂ ਮਨੋਜ ਭਾਈ ਨੇ ਇਹ ਕੰਮ ਅੱਜ ਦੀ ਡੇਟ 'ਚ ਕੀਤਾ, 10:30 ਸਰ। ਮੇਰਾ ਨਾਮ ਮਨੋਜ ਸ਼ਰਮਾ ਹੈ। ਚਲੋ, ਮੇਰੀ ਗੱਲ ਸੁਣਦੇ? ਹਾਂਜੀ, ਛਾਪਾ ਪੈ ਗਿਆ, ਫੜੇ ਗਏ ਸਰ ਤੁਸੀਂ ਆਪਣੇ ਭਾਈ ਦੀ ਜਾਨ ਚਾਹੁੰਦੇ ਆ। ਤੁਹਾਡੇ ਭਾਈ ਇਸ ਟਾਈਮ ਰੋ ਰਿਹਾ ਤੇ ਬਸ ਰੋ ਰਿਹਾ, ਉਹਨੂੰ ਦੂਸਰੀ ਗੱਲ ਨਹੀਂ ਆਉਂਦੀ। ਮੈਂ ਤੁਹਾਡੀ ਗੱਲ ਕਰਾਉਣਾ, ਇਹਨਾਂ ਨੂੰ ਇਸ ਕੰਮ ਕਰਨ ਵਾਸਤੇ ਤੁਸੀਂ ਰੱਖਿਆ ਹੋਇਆ? ਨਹੀਂ ਨਹੀਂ, ਲੋਕਾਂ ਦੀਆਂ ਕੁੜੀਆਂ ਨੂੰ ਖਰਾਬ ਕਰਨ ਵਾਸਤੇ। ਸਰ, ਮੇਰੀ ਬੇਨਤੀ ਸੁਣੋ, ਇਹ ਬਠਿੰਡੇ ਦੇ ਥਾਣੇ 'ਚ ਨੇ ਜੀ। ਹਾਂਜੀ, ਇਹ ਬਠਿੰਡੇ ਥਾਣੇ 'ਚ ਨੇ। ਤੁਸੀਂ ਬਠਿੰਡੇ ਤੋਂ ਬੋਲ ਰਹੇ ਹੋ ਨਾ? ਸਰ, ਇੱਕ ਤਾਂ ਛੁਡਾ ਕੇ ਉਹਦੇ ਮਾਲਕ ਲੈ ਗਏ ਨੇ, ਇੱਕ ਤਾਂ ਉਹਦਾ ਜਿਹੜਾ ਉਹਦੇ ਪਰਿਵਾਰ ਵਾਲੇ ਆ ਗਏ ਸੀ, ਉਹਨਾਂ ਦੇ ਆਏ ਵੀ ਨਹੀਂ ਸੀ, ਬਲਕਿ ਉਹਨਾਂ ਨੇ ਬਾਹਰੋਂ ਪੈਸੇ ਭੇਜ ਕੇ ਉਹਦਾ ਲਿਆ ਛੁਡਾ ਸਾਡੇ ਤੋਂ ਜੀ। ਤੇ ਤਿੰਨ ਬੰਦੇ ਤੁਹਾਡਾ ਭਾਈ, ਦੋ ਬੰਦੇ ਹੋਰ ਆ, ਉਹ ਸਾਡੇ ਕੋਲ ਇਸ ਟਾਈਮ ਫੜੇ ਹੋਏ ਆ। ਤੁਸੀਂ ਮੈਨੂੰ ਦੱਸੋ, ਉਹਨਾਂ ਨੂੰ ਛੁਡਾਉਣਾ ਚਾਹ ਰਹੇ? ਮੈਂ ਤੁਹਾਡੀ ਗੱਲ ਕਰਾਉਣਾ, ਤੁਸੀਂ ਜਿਹੜੀ ਪਿਟਾਈ ਹੋ ਰਹੀ ਆ ਨਾ, ਜਿਹੜਾ ਇਹਨਾਂ ਭੜਵਿਆਂ ਨੂੰ ਤੁਸੀਂ ਸਿਖਾ ਕੇ ਭੇਜ ਲਿਆ ਕਿ ਬਾਹਰ, ਇਹਨਾਂ ਨੂੰ ਹੋਰ ਕੰਮ ਨਹੀਂ, ਇਹਨਾਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ ਉਹ ਨਹੀਂ ਕਰਦੇ। ਬਿਲਕੁਲ, ਤੁਹਾਡਾ ਬਿਲਕੁਲ ਛੁਡਾਉਣਾ ਜੀ, ਬਦਨਾਮੀ ਹੋਏਗੀ ਨਹੀਂ ਸਾਡੀ। ਕੋਈ
ਆਕਾਸ਼ ਵਰਮਾ ਜੀ, ਤੁਸੀਂ ਬਠਿੰਡੇ ਕਿਹੜੇ ਥਾਣੇ 'ਚ ਬੈਠੇ ਹੋ? ਮੈਂ ਉੱਥੇ ਕੀ ਕਰਾਂ ਦੱਸੋ, ਮੈਂ ਪਹੁੰਚ ਜਾਂਦਾ ਜੀ? ਤੁਸੀਂ ਬਿਲਕੁਲ ਪਹੁੰਚਣਾ ਚਾਹੁੰਦੇ ਹਾਂ ਤਾਂ ਤੁਸੀਂ ਜਲਦੀ ਜਲਦੀ DVO ਦੇ ਆਉਣ ਤੋਂ ਪਹਿਲੇ ਪਹਿਲੇ ਤੁਸੀਂ ਆਪ ਪਹੁੰਚੋ, ਅਤੇ ਜਾਂ ਫਿਰ ਮਦਈ ਨਹੀਂ ਹਾਲੇ ਤੱਕ ਪਹੁੰਚੇ। ਮੋਦੀ ਨੇ ਸਾਨੂੰ 5 ਵਜੇ ਦਾ ਟਾਈਮ ਦਿੱਤਾ ਹੋਇਆ ਕਿ 5 ਵਜੇ ਜੀ ਅਸੀਂ ਹਰ ਹਾਲ 'ਚ ਪਹੁੰਚਾਂਗੇ ਤੁਹਾਡੇ ਕੋਲ। ਜੇ ਉਹ ਮਦਈ ਜੀ ਆ ਗਏ ਤਾਂ ਉਹਨਾਂ ਨੇ ਤੁਹਾਨੂੰ ਪਤਾ ਕੁੜੀ ਦਾ ਮਸਲਾ, ਕੁੜੀ ਦਾ ਕੇਸ ਕੌਣ ਬਰਦਾਸ਼ਤ ਕਰਦਾ ਸਰ? ਤੁਸੀਂ ਠੀਕ ਆ, ਇਹਨਾਂ ਨੇ ਰੋਡ ਤੋਂ ਜਾਂਦੇ ਹੋਏ ਕੁੜੀ ਨੂੰ ਫੜਿਆ, ਦਾਰੂ ਪੀ ਕੇ ਇਹਨਾਂ ਨੇ ਚੁੱਕਿਆ ਕੁੜੀ ਨੂੰ। ਸਰ ਮੈਨੂੰ ਉਹਨਾਂ ਨੇ ਬਹੁਤ ਬੜੇ ਛਾਪੇ। ਜਨਾਬ ਮੇਰੀ ਗੱਲ ਤਾਂ ਸੁਣੋ, ਐਂ ਤਾਂ ਦੱਸੋ ਵੀ ਬਠਿੰਡੇ ਪਹੁੰਚਣਾ ਕਿੱਥੇ? ਐਡਰੈਸ ਦਿਓ ਮੈਨੂੰ ਬਠਿੰਡੇ ਦਾ, ਮੈਂ ਉੱਥੇ ਪਹੁੰਚਾਂ। ਮੈਂ ਅੱਧੇ ਪੌਣੇ ਘੰਟੇ 'ਚ ਪਹੁੰਚ ਜੂੰਗਾ। ਹੁਣ ਮੈਨੂੰ ਐਂ ਦੱਸੋ ਵੀ ਨਿਬੇੜਾ ਕਿਵੇਂ ਹੋਣਾ ਆਪਣਾ, ਨਿਬੇੜਾ ਕਿਵੇਂ ਕਰੀਏ ਆਪਾਂ? ਮਿੱਟੀ ਪਾਓ ਵਰਮਾ ਜੀ, ਇਹ ਜਿਹੜਾ 50,000 ਰੁਪਇਆ ਤੁਹਾਨੂੰ ਪਾਉਣਾ ਹੈ, ਇਹ ਥਾਣੇ ਆ ਕੇ ਦੇਣਾ? 50,000 ਤੇ ਤੁਸੀਂ ਪਾਕਿਸਤਾਨ ਤੋਂ ਬੋਲ ਰਹੇ ਹੋ, ਕਿਉਂ ਯਾਰ ਲੋਕਾਂ ਨੂੰ ਤੁਸੀਂ ਉੱਲੂ ਬਣਾਉਂਦੇ ਹੋਗੇ? ਹੈ ਨਾ, ਸਾਡੇ ਕੁਛ ਨਹੀਂ, ਮੇਰਾ ਕੋਈ ਭਰਾ ਨਹੀਂ ਹੈਗਾ, ਮੈਂ ਇਕੱਲਾ ਮੁੰਡਾ। ਮੇਰਾ ਤੁਸੀਂ ਮੈਂ ਦੱਸਦਾ, ਤੁਸੀਂ ਨਾ ਇੱਕ ਕੰਮ ਕਰੋ, ਜਿਹੜਾ ਰਮੇਸ਼ ਕੁਮਾਰ ਫੜਿਆ ਹੋਇਆ ਇਹਨੂੰ ਕੋਰਟ 'ਚ ਪੇਸ਼ ਕਰੋ, ਇਹਦਾ ਰਿਮਾਂਡ ਲਾਓ, ਇਹਦਾ ਮੈਡੀਕਲ ਕਰਾਓ, ਜਿਹਨੇ ਗਲਤ ਕੰਮ ਕੀਤਾ। ਹੈ ਨਾ, ਅਤੇ ਮੈਂ ਪਟਿਆਲੇ ਬੈਠਾ, ਤੁਸੀਂ ਪਟਿਆਲੇ ਆ ਕੇ ਮੇਰੇ ਨਾਲ ਗੱਲ ਕਰ ਲਓ, ਇੱਥੇ ਆ ਜਾਓ, ਆਪਾਂ ਪੁਲਿਸ ਨੂੰ ਮਿਲਦੇ ਹਾਂ, ਤੁਸੀਂ ਵੀ ਆ ਜਾਓ ਅਤੇ ਮੇਰੀ ਵੀ ਗੱਲ ਕਰਵਾ ਦਿਓ ਵੀ ਇਹਦੇ ਕੀ ਮਾਮਲਾ ਹੈਗਾ। ਠੀਕ ਹੈ ਨਾ ਜੀ? ਓਕੇ। ਸੋ ਇਹ ਪਾਕਿਸਤਾਨ ਦਾ ਇੱਕ ਨੰਬਰ ਹੈ ਜਿਸ ਤੋਂ ਮੈਨੂੰ ਕਾਲ ਆਈ ਕਿ ਅਸੀਂ ਬਠਿੰਡੇ ਤੋਂ ਬੋਲ ਰਹੇ ਹਾਂ ਅਤੇ ਉੱਥੇ ਇੱਕ ਲੜਕੇ ਨੂੰ ਕਿਸੇ ਗਲਤ ਮਾਮਲੇ 'ਚ ਫੜਿਆ 4 ਦੋਸਤਾਂ ਦੇ ਨਾਲ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ 50,000 ਜੁਰਮਾਨਾ ਲੱਗਣਾ ਅਤੇ ਪਰ ਤੁਸੀਂ ਸਿਰਫ 20,000 ਦੇ ਦਿਓ। ਅਤੇ ਜਦੋਂ ਮੈਂ ਸਲੀਅਤ ਦੱਸੀ ਕਿ ਮੈਂ ਤਾਂ ਪਟਿਆਲੇ ਤੋਂ ਬੋਲਦਾ, ਮੈਂ ਪੱਤਰਕਾਰ ਹਾਂ, ਤਾਂ ਉਹ ਮੇਰਾ ਫੋਨ ਕੱਟ ਗਈ। ਸੋ ਜਿਹੜੇ ਸਾਡੇ ਦਰਸ਼ਕ ਨੇ ਨਿਊਜ਼ 18 ਦੇ ਜਾਂ ਹੋਰ ਵੀ ਜਿੰਨੇ ਲੋਕ ਮੇਰੀ ਵੀਡੀਓ ਦੇਖਣਗੇ, ਉਹਨਾਂ ਨੂੰ ਇੱਕ ਗੁਜ਼ਾਰਿਸ਼ ਹੈ ਕਿ ਤੁਹਾਨੂੰ ਜੇ ਕੋਈ ਵਟਸਐਪ ਕਾਲ ਆਉਂਦੀ ਹੈ ਜਿਹਦੇ ਅੱਗੇ +92 ਹੈ, ਤਾਂ ਸਮਝੋ ਕਿ ਪਾਕਿਸਤਾਨ ਦਾ ਨੰਬਰ ਦੱਸਿਆ ਜਾਂਦਾ ਹੈ। ਪਹਿਲਾਂ ਵੀ ਅਸੀਂ ਇਸ ਬਾਰੇ ਦੱਸਿਆ ਹੈ, ਸਾਡੇ ਹੋਰ ਰਿਪੋਰਟਰਸ ਨੂੰ ਕਾਲ ਆਈ ਜਾਂਦੇ, ਅਤੇ ਅੱਜ ਮੈਨੂੰ ਆਈ ਹੈ ਅਤੇ ਮੈਨੂੰ ਕਿਹਾ ਕਿ ਤੁਹਾਡਾ ਇੱਕ ਭਰਾ ਬਠਿੰਡੇ ਫੜਿਆ ਗਿਆ, ਪਰ ਜਦੋਂ ਮੈਨੂੰ ਕਿਹਾ ਕਿ ਮੈਂ ਤਾਂ ਪਟਿਆਲੇ ਬੈਠਾ ਅਤੇ ਮੇਰਾ ਤਾਂ ਕੋਈ ਭਰਾ ਹੀ ਨਹੀਂ ਹੈਗਾ, ਤਾਂ ਉਹ ਮੇਰਾ ਫੋਨ ਕੱਟ ਗਏ। ਸੋ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਅਪੀਲ ਹੈ ਕਿ ਅਜਿਹੇ ਜਿਹੜੀ ਆ
ਠੱਗ ਨੇ, ਸਾਈਬਰ ਵਾਲੇ ਨੇ, ਖਾਤੇ 'ਚ ਪੈਸੇ ਪਾਉਂਦੇ ਨੇ, ਉਹਨਾਂ ਤੋਂ ਸਾਵਧਾਨ ਰਹੋ। ਧੰਨਵਾਦ।